ਤੇ ਸ਼ਹਿਰ ਜੀ ਮੈਂ ਆ ਗਿਆ ਹਾਂਗਾ ਬਾਕੀ ਹਫਤਾ ਹਾਲੇ ਤੱਕ ਇੱਥੇ ਕੋਈ ਲੱਗਣ ਲੱਗਿਆ ਹੁਣ ਮੰਜੀਆਂ ਵਗੈਰਾ ਖਾਤਰੇ ਲੰਡੇ ਵਗੈਰਾ ਦਾ ਸਮਾਨ ਇੱਥੇ ਤੇ ਮਾਮੂ ਜਾਨ ਵਾਲੇ ਸਫਾਈਆਂ ਵਗੈਰਾ ਕਰਦੇ ਫਿਰਦੇ ਕੰਡਾ ਵਗੈਰਾ ਹਾਲੇ ਤੱਕ ਬਾਹਰ ਨਹੀਂ ਕੱਢਿਆ ਅੰਦਰ ਹੀ ਪਿਆ ਉਹ ਵੀ ਸਬਜ਼ੀ ਤੋਲਿਆ ਭਾਈ ਹੋਰਾਂ ਨੇ ਕਾਫੀ ਲੱਭਿਆ ਢੂੰਡਿਆ ਹੈਗਾ ਲੇਕਿਨ ਸਮਝ ਲਓ ਕਿ ਟੂਬ ਤਾਂ ਹੋਰ ਨਹੀਂ ਲੱਭੀ ਇਹਨੂੰ ਥੋੜ੍ਹਾ ਜਿਹਾ ਕਾਮਯਾਬ ਕਰਨ ਲੱਗੇ ਨੇਗੇ ਨਵੀਂ ਟੂਬ ਤਾਂ ਮਹਿੰਗੀਆਂ ਨਹੀਂ ਹੈ ਹੋਰ ਰਿਪੇਅਰ ਹੋ ਜਾਵੇਗੀ ਇਹਦੀ ਟੂਟੀ ਜਿਹੜੀ ਹੈਗੀ ਨਵੀਂ ਪਾ ਦਿੰਦੇ ਵੈਲਕਮ ਬੈਕ ਜੀ ਅਸਲਾਮ ਵਾਲੇਕੁਮ ਵੈਲਕਮ ਕਰਨੇ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਅਸਨ ਫੈਮਿਲੀ ਵਲੋਗ ਤੇ ਜਿਨ੍ਹਾਂ ਨੇ ਹਾਲੇ ਤੱਕ ਅਸਨ ਫੈਮਿਲੀ ਵਲੋਗ ਨੂੰ ਜੁਆਇਨ ਨਹੀਂ ਕੀਤਾ ਸਭ ਤੋਂ ਪਹਿਲੇ ਜਾ ਕੇ ਥੱਲੇ ਸਬਸਕ੍ਰਾਈਬ ਤੁਹਾਨੂੰ ਬਟਨ ਨਜ਼ਰ ਆ ਰਿਹਾ ਹੋਏਗਾ ਉਹਨੂੰ ਦਬਾ ਲਓ ਨਾਲ ਛੋਟਾ ਜਿਹਾ ਘੰਟੀ ਵਾਲਾ ਬਟਨ ਹੋਏਗਾ ਉਹਨੂੰ ਦਬਾ ਕੇ ਆਲ 'ਤੇ ਕਰ ਦਿਓ ਕਿ ਡੇਲੀ ਦੀ ਆਉਣ ਵਾਲੀ ਵੀਡੀਓ ਦਾ ਤੁਹਾਡੇ ਲਈ ਨੋਟੀਫਿਕੇਸ਼ਨ ਵੀ ਪਹੁੰਚ ਜਾਏ ਅਗਰ ਤੁਸੀਂ ਆਲ 'ਤੇ ਕਰੋਗੇ ਨਾ ਘੰਟੀ ਵਾਲਾ ਬਟਨ ਫਿਰ ਤੁਹਾਡੇ ਲਈ ਨੋਟੀਫਿਕੇਸ਼ਨ ਆਉਣਾ ਵੈਸੇ ਸਬਸਕ੍ਰਾਈਬ ਵਗੈਰਾ ਕਰ ਦਿਓ ਤੁਸੀਂ ਯੂਟਿਊਬ ਜਦੋਂ ਚਲਾਓਗੇ ਉਦੋਂ ਤੁਹਾਡੇ ਲਈ ਵੀਡੀਓ ਆਵੇਗੀ ਤਾਂ ਅੱਲਾਹ ਤਾਲ ਦੇ ਫਜ਼ਲ ਦੇ ਕਰਮ ਨਾਲ ਅਸੀਂ ਬਿਲਕੁਲ ਠੀਕ ਠਾਕ ਹਾਂ ਮਾਸ਼ਾਅੱਲਾ ਅੱਬੂ ਜਾਨ ਦੀ ਪਹਿਲੇ ਨੂੰ ਤਬੀਅਤ ਕਾਫੀ ਸਾਰੀ ਬਿਹਤਰ ਹੈਗੀ ਤੇ ਉਧਰੋਂ ਹੁਣ ਫਿਰ ਅਸੀਂ ਦੁਕਾਨ ਜਾਣ ਲੱਗਿਆ ਸਵੇਰ ਸਵੇਰ ਉੱਠਿਆ ਹੀ ਆ ਗਿਆ ਮਾਮੂ ਜਾਨ ਜਿਹੜੇ ਨੇਗੇ ਹੁਣ ਉਹਨੇ ਨਿਕਲੇ ਨੇਗੇ ਕਿਉਂਕਿ ਉਹ ਅਲੱਗ ਮੋਟਰਸਾਈਕਲ ਤੇ ਆਏ ਸੀਗੇ ਤੇ ਮੈਂ ਰਾਤ ਨੂੰ ਅਲੱਗ ਮੋਟਰਸਾਈਕਲ ਤੇ ਆਇਆ ਸੀ ਮੈਂ ਅੱਬੂ ਜਾਨ ਇੰਜੈਕਸ਼ਨ ਲਵਾਉਣ ਗਿਆ ਸੀਗਾ ਤੇ ਉੱਥੋਂ ਅੱਬੂ ਜਾਨ ਨੇ ਕਿਹਾ ਕਹਿੰਦੀ ਅਗਲੀ ਜਿਹੜੀ ਲਾਈਟ ਸੀਗੀ ਜਲ ਨਹੀਂ ਰਹੀ ਸੀਗੀ ਤਾਂ ਉਹਨਾਂ ਨੇ ਕਿਹਾ ਕਿ ਤੂੰ ਨਾ ਹਸਨ ਇੱਥੇ ਘਰ ਬੈਠ ਜਾ ਤੇ ਫਿਰ ਮਾਮੂ ਨੂੰ ਕਹਿਣਾ ਆ ਗਿਆ ਕਿ ਉੱਥੋਂ ਕਿਸੇ ਕੋਲ ਨਾ ਮੋਟਰਸਾਈਕਲ ਮੰਗ ਕੇ ਆ ਜਾਂਦਾ ਹੁਣ ਉਹਨਾਂ ਨੇ ਨਿਕਲੇ ਨੇਗੇ ਉਹਨਾਂ ਦੇ ਪਿੱਛੇ ਹੁਣ ਮੈਂ ਵੀ ਜਲਦੀ ਜਲਦੀ ਜਾਣ ਲੱਗਾ ਆਗਾ ਬਾਕੀ ਨਾਸ਼ਤਾ ਵਗੈਰਾ ਉੱਠ ਕੇ ਕੀਤਾ ਹੀ ਹੈਗਾ ਤੇ ਮਾਮੂ ਜਾਨ ਨੇ ਕਿਹਾ ਆਪਾਂ ਦੁਕਾਨ ਤੇ ਚੱਲੀਏ ਤਾਂ ਅੱਬੂ ਜਾਨ ਜਿਹੜੇ ਅੰਦਰ ਰੈਸਟ ਕਰ ਰਹੇ ਨੇਗੇ ਇਹਨਾਂ ਨੂੰ ਅੱਜ ਦੁਕਾਨ ਤੇ ਨਹੀਂ ਜਾਉਣ ਦੇਣਾ ਵੈਸੇ ਤਾਂ ਅੱਜ ਹਫਤੇ ਦਾ ਵੀ ਦਿਨ ਹੈਗਾ ਅੱਜ ਤਾਂ ਹਫਤੇ ਤੇ ਵੀ ਲਾਣੀ ਸੀਗੀ ਸਮਝ ਲਓ ਛਾਬੜੀ ਜੱਬੂ ਜਾਨ ਕੋ ਪੁੱਛ ਲੈਣਾ ਨਾ ਅੱਬੂ ਜਾਨ ਹੀ ਸੋ ਰਹੇ ਨੇ ਕਿ ਕਹਿ ਰਹੇ ਨੇ ਕਿ ਕੈਸਨ ਚਲਾ ਜਾ ਅੱਬੂ ਜੀ ਉਹ ਦੂਸਰਾ ਤਕਲੀਫ ਆ ਨੇ ਰੇ ਕਮੈਂਟ ਹੀ ਕੋਲ ਸੁੱਤੇ ਹਾਂ ਹੋਣੀ ਆਏ ਠਾਕ ਪਾਈ ਇਹ ਨਾਸ਼ਤਾ ਨੁਸ਼ਤਾ ਦਿੱਤਾ ਹੈਗਾ ਤੇ ਜਾਣਾ ਸਹੀ ਵਾਰ ਚੈੱਕਅਪ ਕਰਵਾਉਣ ਤੂੰ ਚਲਾ ਜਾ ਯਾਰ ਚਲੋ ਠੀਕ ਹੋ ਗਿਆ ਤੇ ਉਹ ਦੂਸਰਾ ਜਿਹੜਾ ਹਫਤੇ ਤੇ ਲਾਣੀ ਸੀ ਕਹਿੰਦੇ ਛਾਬੜੀ ਜੀ ਹੋ ਰਹਿਣ ਦੀ ਫੇ ਯਾਰ ਤਫਾ ਕਰੋ ਇੱਕ ਵਾਰੀ ਕੁਛ ਵੀ ਨਾ ਕਰੋ ਤੇ ਉਧਰ ਅੱਬੂ ਜਾਨ ਨੂੰ ਨਾ ਆਨ ਦੇ ਇੱਕ ਦੋਸਤ ਨੇ ਬੈਲਟ ਦਿੱਤਾ ਸੀ ਸਮਝ ਲਓ ਗਿਫਟ ਕੀਤਾ ਸੀ ਗੈਨ ਦੇ ਨਾਲ ਨਾ ਅਗਰ ਲੱਕ ਨੂੰ ਵੱਧਾ ਹੋਵੇ ਤੇ ਫਿਰ ਥੋੜੀ ਜਿਹੀ ਖਿੱਚ ਪੈਂਦੀ ਹੈਗੀ ਅੱਬੂ ਜਾਨ ਠੀਕ ਚੱਲ ਲੈਂਦੇ ਨੇ ਲੇਕਿਨ ਇਹਦੀ ਉਹ ਨਾ ਚੇਪੀ ਜੀ ਠੀਕ ਨਹੀਂ ਹੈਗੀ ਤੇ ਹੁਣ ਫਿਰ ਚੱਲਣਾ ਆ ਗਿਆ ਮੈਂ ਤਾਂ ਦੁਕਾਨ ਤੇ ਕਿਉਂਕਿ ਪਹਿਲੇ ਕਾਫੀ ਸਾਰੀ ਲੇਟ ਹੋ ਗਈ ਹੈਗੀ ਅੱਜ ਫਿਰ ਅਸੀਂ ਕੱਲ੍ਹ ਵਾਕੂ ਲੇਟ ਹੀ ਜਾ ਰਹੇ ਹਾਂਗੇ ਮਾਮੂ ਜਾਨ ਹੀ ਹੁਣ ਉਹਨੇ ਨਿਕਲੇ ਨੇ ਪਿੱਛੇ ਉਹਨਾਂ ਦੇ ਮੈਂ ਹੀ ਜਾਣ ਲੱਗਿਆ ਆ ਗਿਆ ਤੇ ਉਧਰੋਂ ਤੁਹਾਨੂੰ ਨਾ ਇੱਕ ਬਹੁਤ ਪਿਆਰਾ ਵਿਊ ਦਿਖਾਉਣ ਲੱਗੇ ਆ ਗਿਆ ਅਸੀਂ ਦੇਖਿਆ ਜੀ ਪਹਿਲੇ ਤਾਂ ਦੇਖੋ ਨਾ ਇੱਧਰ ਫਿਰ ਦੇਖੋ ਸਾਹਮਣੇ ਕਿੰਨਾ ਪਿਆਰਾ ਹੈਗਾ ਸਵੇਰ ਸਵੇਰ ਇਹਨੂੰ ਪਾਣੀ ਲੱਗਿਆ ਹੈਗਾ ਵਿੱਚ ਧੂੰਆਂ ਉੱਡ ਰਿਹਾ ਸਾਰਾ ਤੇ ਜਿਹੜੇ ਇੱਥੇ ਫੁੱਲ ਵਗੈਰਾ ਸੀ ਸਾਰੀ ਉਹਨਾਂ ਦੀ ਕਟਾਈ ਹੋ ਗਈ ਹੈਗੀ ਸਾਹਮਣੇ ਵੀ ਕੁੱਕੜਾਂ ਚੁਗਦੀਆਂ ਫਿਰਦੀਆਂ ਦਾਣੇ ਮੈਨੂੰ ਹੀ ਮੁਰਗੀਆਂ ਰੱਖਣੀਆਂ ਚਾਹੀਦੀਆਂ ਨੇ ਵੈਸੇ ਨਾ ਸਾਡੇ ਘਰ ਦੇ ਸਾਹਮਣੇ ਆਹ ਜੀ ਜ਼ਮੀਨ ਹੈਗੀ ਇਹਦੇ ਚੁਗ ਲਿਆ ਕਰਨਗੀਆਂ ਜਿਵੇਂ ਚੁਗ ਰਹੀਆਂ ਨੇ ਵੇਖੋ ਰੱਖਣੇ ਆ ਸਨੈਣ ਰੱਖੀ ਕੁੱਕੜੀ ਹੈਂ ਚਲੋ ਠੀਕ ਹੋ ਗਿਆ ਆਪਾਂ ਛੋਟੇ ਚੂਹੇ ਲਵਾਂਗੇ ਦੇਸੀ ਕੁੱਕੜੀ ਦੇ ਫਿਰ ਉਹ ਵੱਡੇ ਹੋ ਜਾਵਣਗੇ ਅਤੇ ਫਿਰ ਮੁਰਗੇ ਬਣ ਜਾਵਣਗੇ ਫਿਰ ਉਹਨਾਂ 'ਚ ਇੱਕ ਇੱਕ ਨੂੰ ਆਪਾਂ ਸਮਝ ਉਹਨਾਂ ਲੈਗ ਪੀਸ ਥੱਲੇ ਕਰਾਂਗੇ ਜਿਵੇਂ ਪਹਿਲੇ ਥੱਲੇ ਜੀ ਮੈਂ ਚੱਲਣਾ ਆ ਗਿਆ ਹੁਣ ਫਿਰ ਅੱਲਾ ਕਰੇ ਚੱਲ ਮੋਟਰਸਾਈਕਲ ਥੋੜ੍ਹਾ ਜਿਹਾ ਚੱਲ ਜਾਵੇ ਸੁਬਹਾ ਸੁਬਹਾ ਗਿਆ ਤਾਂ ਸੀਗਾ ਮੈਂ ਰਾਸ ਲਾਉਣ ਦੁਕਾਨ ਤੋਂ ਉਦੋਂ ਤਾਂ ਠੀਕ ਚੱਲ ਗਿਆ ਸੀਗਾ ਲੇਕਿਨ ਉਹਨਾਂ ਨੇ ਖਪਾਇਆ ਹੀ ਬਹੁਤ ਜ਼ਿਆਦਾ ਅਤੇ ਹੁਣ ਵੇਖਦੇ ਹਾਂ ਚੱਲਦਾ ਕਿ ਨਹੀਂ ਅਸਲੈਣ ਬੂਹਾ ਦੇ ਲਾ ਦੇ ਲਾ ਬੂਹਾ ਚੱਲ ਗਿਆ ਚੰਗਾ ਹੋ ਗਿਆ ਹੈਗਾ ਮੈਂ ਤਾਂ ਡਰ ਗਿਆ ਸੀਗਾ ਮੈਂ ਕਿਹਾ ਪਤਾ ਨਹੀਂ ਹੁੰਦਾ ਕੀ ਬਣੇਗਾ ਨਹੀਂ ਫਿਰ ਬੰਦ ਹੋ ਗਿਆ ਨਹੀਂ ਠੀਕ ਚੱਲ ਰਿਹਾ ਹੈਗਾ ਜ਼ਿਆਦਾ ਜਦੋਂ ਰੇਸ ਹੁੰਦੀ ਨਾ ਕੱਲ੍ਹ ਵਾਕੂ ਉਦੋਂ ਫਿਰ ਨਹੀਂ ਚੱਲਦਾ ਕਿ ਮੋਟਰਸਾਈਕਲ ਚੱਲਣ ਤਾਂ ਲੱਗ ਗਿਆ ਸੀਗਾ ਲੇਕਿਨ ਨਾ ਅਚਾਨਕ ਜਿਹੜਾ ਚੈਨ ਹੈਗਾ ਉਹ ਜਿਵੇਂ ਮੈਂ ਗੇਅਰ ਲਾਇਆ ਹੈਗਾ ਉਤਰ ਗਿਆ ਹੈਗਾ ਅਤੇ ਹੁਣ ਇਹਨੂੰ ਲਾਉਣਾ ਹੈਗਾ ਉਧਰ ਇਹਦਾ ਨਟ ਜਿਹੜਾ ਹੈਗਾ ਬਸ ਆ ਢਿੱਲਾ ਜਿਹਾ ਇੱਕ ਲਾਇਆ ਉਹਨਾਂ ਨੇ ਗੁਜ਼ਾਰੇ ਟਾਈਮ ਲੱਗਾ ਵੇਖੋ ਇਹ ਸਾਰਾ ਇਕੱਠਾ ਹੋਇਆ ਪਿਆ ਹੈਗਾ ਉੱਤੋਂ ਵੀ ਕੋਈ ਹੈਗਾ ਇਹ ਵੀ ਖੋਲ੍ਹਣਾ ਪੈਣਾ ਥੱਲੇ ਵੀ ਖੋਲ੍ਹਣਾ ਇੱਧਰ ਵੇਖੋ ਮੈਨੂੰ ਤਾਂ ਲੱਗਦਾ ਟੁੱਟ ਵੀ ਨਹੀਂ ਗਿਆ ਤਾਂ ਉਹ ਟੁੱਟ ਗਿਆ ਹੈਗਾ ਹਾਂ ਵੇਖੋ ਟੁੱਟ ਗਿਆ ਚਲੋ ਇਹਨੂੰ ਘਰ ਰੱਖਣਾ ਆ ਗਿਆ ਅਤੇ ਹੈ ਤੂੰ ਕਿਸੇ ਨੇ ਲਿਫਟ ਲੈ ਕੇ ਜਾਣਾ ਕੋਈ ਨਹੀਂ ਗੱਲ ਬਣੀ ਹੈ ਸੁਬਹਾ ਸੁਬਹਾ ਇਹਨੇ ਫਿਰ ਤੰਗ ਕਰਤਾ ਡੇਲੀ ਐਵੇਂ ਹੁੰਦਾ ਹੈਗਾ ਮੈਨੂੰ ਪਤਾ ਹੁੰਦਾ ਮੈਂ ਮਾਮੂ ਨੂੰ ਚਲੇ ਜਾਣਾ ਸੀ ਹੁਣ ਫਿਰ ਵਿੱਚ ਚੱਲਣਾ ਆ ਗਿਆ ਨਾ ਆਵਾਜ਼ ਹੀ ਬਹੁਤ ਬੁਰੀ ਆ ਰਹੀ ਇੱਥੇ
ਕਰਦਾ ਲਿਆ ਕੇ ਰੱਖ ਤੇ ਲੇਕਿਨ ਤੁਹਾਨੂੰ ਖਾ ਦੇਵਾਂ ਕਹਿੰਦੀ ਨਾ ਕੁੰਡੀ ਜੀ ਕੋਈ ਚੋ ਆਪਣੇ ਆਪ ਨਿਕਲ ਗਈ ਆ ਵੇਖੋ ਵਿੱਚ ਹੀ ਉਵੇਂ ਕੁੰਡੀ ਫਸੀ ਫਿਰਦੀ ਹੈ ਇਹ ਫਿਰ ਉਧਰੋਂ ਆ ਕੇ ਦੁਪਹਿਰ ਟਾਈਮ ਆਉਣਾ ਇਹਨਾਂ ਉਦੋਂ ਇਹਨੂੰ ਠੀਕ ਕਰਵਾਵਾਂਗਾ ਹੁਣ ਤਾਂ ਠੀਕ ਕਰਵਾਉਂਦਾ ਕਰਵਾਉਂਦਾ ਲੇਟ ਬਹੁਤ ਜ਼ਿਆਦਾ ਹੋ ਜਾਣੀ ਦੁਕਾਨ ਵੀ ਲਾਉਣੀ ਹੈਗੀ ਮਾਮੂ ਜਾਣ ਇਕੱਲੇ ਕੋਲ ਤਾਂ ਨਹੀਂ ਨਾ ਸਾਰੀ ਦੁਕਾਨ ਲੱਗਣੀ ਉਧਰ ਅੱਜ ਹਫ਼ਤੇ ਦਾ ਦਿਨ ਹੈਗਾ ਗਾਹਕ ਵਗੈਰਾ ਵੀ ਬਹੁਤ ਜ਼ਿਆਦਾ ਆ ਜਾਣੇ ਨੇਗੇ ਹੋਰ ਕਰ ਲਓ ਘੰਟੇ ਤੱਕ ਜਿਹੜਾ ਪਹਿਲੇ ਵਾਲਾ ਸਮਾਨ ਪਿਆ ਹੁੰਦਾ ਉਹ ਵੀ ਇਸ ਦਿਨ ਵਿਕ ਜਾਂਦਾ ਹੈਗਾ ਅਗਰ ਥੋੜ੍ਹਾ ਸਸਤੇ ਰੇਟ 'ਤੇ ਵੇਚਿਆ ਜਾਵੇ ਅਤੇ ਸਮਝ ਲਓ ਕਿ ਸੇਲ ਲਾ ਕੇ ਵੇਚਾਂਗੇ ਅੱਜ ਇਨਸ਼ਾ ਅੱਲਾ ਸਾਰਾ ਜਿਹਾ ਸਮਾਨ ਹੈਗਾ ਮੇਰੀ ਕੋਸ਼ਿਸ਼ ਹੈਗੀ ਕਿ ਜਲਦੀ ਜਲਦੀ ਵਿਕ ਜਾਵੇ ਅੱਬੂ ਜਾਣ ਜਿਹੜਾ ਉਹਨਾਂ ਕੋਲ ਉੱਠਿਆ ਹੀ ਨਹੀਂ ਜਾ ਰਿਹਾ ਅੱਜ ਕਹਿੰਦੇ ਸੀਗੇ ਕਿ ਜਾਣਾ ਹੈਗਾ ਸਾਹੀਵਾਲ ਵੇਖਣੇ ਆ ਸਾਹੀਵਾਲ ਉਹ ਜੈਕ ਨੂੰ ਚੈੱਕਅਪ ਵਗੈਰਾ ਕਰਵਾਉਂਦੇ ਨਹੀਂ ਜ਼ਿਆਦਾ ਵੱਡੇ ਡਾਕਟਰਾਂ 'ਤੇ ਜਾਂਦੇ ਵੀ ਨਹੀਂ ਨੇਗੇ ਵੱਡਿਆਂ ਡਾਕਟਰਾਂ ਨੂੰ ਚੈੱਕਅਪ ਵਗੈਰਾ ਨਹੀਂ ਕਰਾਉਂਦੇ ਡਰਦੇ ਨੇਗੇ ਕਹਿੰਦੇ ਨੇਗੇ ਕਿ ਉਹ ਮਸ਼ੀਨਾਂ ਵਗੈਰਾ ਲਾਉਣਗੇ ਉਹਦੇ ਨਾਲ ਮਸਲਾ ਜ਼ਿਆਦਾ ਬਣ ਜਾਂਦਾ ਲੇਕਿਨ ਕੱਲ੍ਹ ਮੇਰੇ ਇੱਕ ਅੰਕਲ ਨੇ ਕਿਹਾ ਸੀਗਾ ਕਿ ਦਵਾਈ ਉਹਨਾਂ ਨੇ ਮੈਨੂੰ ਦੱਸੀ ਸੀਗੀ ਉਹ ਦਵਾਈ ਤੋਂ ਪਤਾ ਕੀਤੀ ਸੀ ਇੱਥੋਂ ਨਹੀਂ ਮਿਲੀ ਫਿਰ ਕਹਿੰਦੇ ਕਿ ਉਧਰੋਂ ਮੈਂ ਭਿਜਵਾ ਦੇਵਾਂਗਾ ਉਹ ਵੀ ਕੁਛ ਦਿਨਾਂ ਤੱਕ ਆ ਜਾਵੇਗੀ ਵੇਖਾਂਗੇ ਉਹਦੇ ਨਾਲ ਫਰਕ ਪੈਂਦਾ ਹੈਗਾ ਕਿ ਨਹੀਂ ਅਤੇ ਪਾਣੀ ਮੈਨੂੰ ਕਾਫੀ ਸਾਰਾ ਲੱਗਿਆ ਹੋਏਗਾ ਜਿਹਦੀ ਵਜ੍ਹਾ ਇਤਨਾ ਜ਼ਿਆਦਾ ਅੱਗੇ ਧੂੰਆਂ ਨਿਕਲ ਰਿਹਾ ਸੀ ਪਹਿਲੇ ਸਰਦੀ ਤੋਂ ਪਾਣੀ ਉਹ ਅਤੇ ਰੋਡ 'ਤੇ ਗਿਆ ਆ ਗਿਆ ਗਿਆ ਇੱਥੋਂ ਵੇਖਣਾ ਆ ਗਿਆ ਕਿਸੇ ਲਿਫਟ ਲੈਂਦੇ ਹਾਂ ਪਿੰਡ ਲਓ ਉਹ ਇੱਕ ਆ ਰਿਹਾ ਹੈਗਾ ਕੋਈ ਸਕੂਲ ਜਾਣ ਵਾਲਾ ਮੋਟਰਸਾਈਕਲ 'ਤੇ ਉਹਨੇ ਕੋਈ ਲਿਫਟ ਮੰਗਣੇ ਆ ਪਿੰਡ ਦਾ ਹੈ ਨਾ ਅਤੇ ਰੋਡ ਤੋਂ ਤਾਂ ਅਣਜਾਣ ਬੰਦਾ ਹੋਣਾ ਜਿਹਦੇ ਨਾਲ ਜਾਣਾ ਬਾਈ ਨੇ ਇੱਥੇ ਚੌਂਕ ਤੱਕ ਛੱਡਿਆ ਹੈਗਾ ਇੱਥੋਂ ਅੱਗੇ ਮੈਂ ਪੈਦਲ ਹੀ ਚਲਾ ਜਾਵਾਂਗਾ ਉਹ ਤਾਂ ਕੋਈ ਨਹੀਂ ਮਸਲਾ ਅਤੇ ਸਾਹਮਣੇ ਵੇਖੋ ਸਕੂਲ ਸਕੂਲ ਦੇ ਬੱਚੇ ਕਿਵੇਂ ਨਿਊ ਚੌਧਰੀ 'ਤੇ ਚੜ੍ਹ ਰਹੇ ਨੇ ਗੇ ਬੱਸ ਸਾਰੀ ਉੱਥੇ ਛੱਤ ਭਰੀ ਹੈਗੀ ਆਉਂਦੀ ਅਤੇ ਸ਼ਹਿਰ 'ਚ ਮੈਂ ਆ ਗਿਆ ਹੈਗਾ ਬਾਕੀ ਹਫ਼ਤਾ ਹਾਲੇ ਤੱਕ ਇੱਥੇ ਕੋਈ ਨਹੀਂ ਲੱਗਣ ਲੱਗਿਆ ਹੁਣ ਮੰਜੀਆਂ ਵਗੈਰਾ ਕਾਤਰੇ ਲੰਡੇ ਵਗੈਰਾ ਦਾ ਸਮਾਨ ਇੱਥੇ ਰੱਖਣਗੇ ਕੋਟ ਵਗੈਰਾ ਲੇਕਿਨ ਹੁਣ ਕੋਟ ਲੈਣੀ ਕਿਸੇ ਨੇ ਨਹੀਂ ਨੇਗੇ ਅਤੇ ਮੈਂ ਜਾਣਾ ਗਾ ਉਹ ਸਾਹਮਣੇ ਗਈ ਮਸਜਿਦ ਨਜ਼ਰ ਆ ਰਹੀ ਹੈਗੀ ਮਨਾਰ ਨਜ਼ਰ ਆ ਰਿਹਾ ਇੱਥੇ ਜਾਣਾ ਹੈਗਾ ਥੋੜ੍ਹਾ ਜਿਹਾ ਅੱਗੇ ਹੈਗਾ ਦੁਕਾਨ ਅਤੇ ਸਫ਼ਰ ਹੀ ਕਾਫੀ ਸਾਰਾ ਬਣ ਜਾਂਦਾ ਚੌਂਕ ਤੋਂ ਅੱਗੇ ਸ਼ਹਿਰ ਤੱਕ ਅਤੇ ਹਾਲੇ ਤੱਕ ਇੱਥੇ ਤੰਬੂ ਵਗੈਰਾ ਲੱਗਣਗੇ ਫਿਰ ਇੱਥੇ ਸਾਰਾ ਬਾਜ਼ਾਰ ਲੱਗੇਗਾ ਇਹ ਜੀ ਵਿਚਲੀ ਲਾਈਨ ਹੁੰਦੀ ਹੈ ਛੱਡ ਕੇ ਦੁਕਾਨਾਂ ਲੱਗਦੀਆਂ ਨੇ ਬਾਕੀ ਮਾਮੂ ਜਾਨ ਨੇ ਦੁਕਾਨ ਵਗੈਰਾ ਵਗੈਰਾ ਪਹਿਲੇ ਖੋਲ੍ਹ ਲਈ ਹੈਗੀ ਅਤੇ ਇੱਧਰ ਆਹ ਮਸਜਿਦ ਹੈਗੀ ਨਾਲ ਦੁਕਾਨ ਹੈ ਅਤੇ ਮਾਮੂ ਜਾਨ ਵਾਲੇ ਸਫਾਈਆਂ ਵਗੈਰਾ ਕਰਦੇ ਫਿਰਦੇ ਕੰਢਾ ਵਗੈਰਾ ਹਾਲੇ ਤੱਕ ਬਾਹਰ ਨਹੀਂ ਕੱਢਿਆ ਅੰਦਰ ਹੀ ਪਿਆ ਉਹ ਵੀ ਕੱਢਣਾ ਬਾਹਰ ਮੈਂ ਗੱਲਾਂ ਗੁੱਲਾਂ ਬਾਹਰ ਕੱਢਣੇ ਦੁਕਾਨ ਜੀ ਅਸੀਂ ਸਾਰੀ ਅੱਛੀ ਤਰ੍ਹਾਂ ਜੋੜ ਲਈ ਹੈਗੀ ਲੇਕਿਨ ਵਲਾਗ ਬਣਾਉਣਾ ਮੈਨੂੰ ਨਹੀਂ ਯਾਦ ਰਿਹਾ ਹੈਗਾ ਕਿਉਂਕਿ ਜਲਦੀ ਜਲਦੀ ਆਏ ਸਮਾਨ ਸਾਰਾ ਜੋੜਿਆ ਪਹਿਲੇ ਅਸੀਂ ਲੇਟ ਆਏ ਸੀਗੇ ਅਤੇ ਦੇਖੋ ਆਲੂ ਵਗੈਰਾ ਜਿਹੜੇ ਪਏ ਸੀ ਤਰੋੜੇ ਸਾਰੇ ਉਹ ਲਾਤੇ ਨੇਗੇ ਗਾਜਰਾਂ ਵਗੈਰਾ ਦਾ ਇੱਕ ਦੋ ਤਰੋੜੇ ਪਲਟੇ ਨੇ ਉਹ ਪਿਛਾਂ ਪਲਟਿਆ ਇੱਥੇ ਪਲਟਿਆ ਅਤੇ ਹਾਲੇ ਤੱਕ ਹੀ ਡੇਢ ਤਰੋੜਾ ਪਿਆ ਹੈਗਾ ਗਾਜਰਾਂ ਦਾ ਬਾਕੀ ਇਹ ਸਮਾਨ ਕਾਫੀ ਸਾਰਾ ਪਿਆ ਹੈਗਾ ਅਤੇ ਅੱਜ ਹਫ਼ਤੇ ਦੇ ਦਿਨ ਸਾਨੂੰ ਤਾਂ ਲੱਗਾ ਸੀ ਰਸ਼ ਵਗੈਰਾ ਹੋਵੇਗਾ ਲੇਕਿਨ ਸਮਝ ਲਓ ਬੈਠੇ ਹੀ ਆਗੇ ਕੁਰਸੀਆਂ ਗਾਤ ਕੇ ਅਤੇ ਗਾਹਕਾਂ ਵੇਖੀ ਜਾਂਦੇ ਕਿਵੇਂ ਗਾਹਕ ਆਉਂਦਾ ਹੈਗਾ ਅਤੇ ਉਧਰੋਂ ਅੱਬੂ ਜਾਣ ਦੀ ਮਾਸ਼ਾਅੱਲਾ ਪਹਿਲਾਂ ਨੂੰ ਤਬੀਅਤ ਬਿਹਤਰ ਹੈਗੀ ਉਹ ਸਾਹਮਣੇ ਆ ਕੇ ਬੈਠੇ ਨੇ ਦੋਸਤਾਂ ਕੋਲ ਦਵਾਈ ਲਵਣ ਜਾਵਣ ਲੱਗੇ ਨੇ ਸਾਹੀਵਾਲੋਂ ਅਤੇ ਅੱਲਾ ਖੈਰ ਕਰੇਗਾ ਆਪੇ ਸ਼ੁਕਰ ਚੈੱਕਅਪ ਕਰਵਾਉਣ ਜਾਊ ਨੇ ਕਿਸੇ ਅੱਛੇ ਡਾਕਟਰ ਕੋਲ ਨਹੀਂ ਤਾਂ ਸਾਹੀਵਾਲ ਤਾਂ ਬਿਲਕੁਲ ਨਹੀਂ ਹੈਗੇ ਜਾਵਣ ਤੋਂ ਜੀ ਡਰਦੇ ਨੇਗੇ ਵੱਡਿਆਂ ਡਾਕਟਰਾਂ ਕੋਲ ਲੇਕਿਨ ਹੁਣ ਜਾ ਰਹੇ ਨੇਗੇ ਵੇਖਾਂਗੇ ਕੀ ਕਹਿੰਦੇ ਨੇ ਉਹ ਡਾਕਟਰ ਬਸ ਵੱਡਿਆਂ ਡਾਕਟਰਾਂ ਕੋਲ ਇਲਾਜ ਹੋਣਾ ਹੈਗਾ ਨੋਰਮਲ ਸਟੋਰਾਂ ਵਗੈਰਾ ਦਵਾਈਆਂ ਲਾਉਣ ਨਾਲ ਕੋਈ ਨਹੀਂ ਇਲਾਜ ਹੋਣਾ ਉਧਰ ਪੱਟੀ ਵਗੈਰਾ ਕਰਵਾਉਂਦੇ ਨੇ ਅਸਲ 'ਤੇ ਇਹਨਾਂ ਨਾਲ ਮਾਸ ਹੀ ਫਟਿਆ ਹੋਇਆ ਹੈਗਾ ਅਤੇ ਵੈਸੇ ਨਾਲ ਪੱਠਿਆਂ ਦਾ ਮਸਲਾ ਬਣਿਆ ਹੋਇਆ ਹੈਗਾ ਅੱਬੂ ਜਾਨ ਅਗਰੇ ਦੇ ਉੱਥੇ ਗਿਰੇ ਨੇ ਨਾ ਉਸ ਵਜ੍ਹਾ ਤੋਂ ਲੱਤ 'ਤੇ ਵੀ ਚੋਟ ਕਾਫੀ ਸਾਰੀ ਲੱਗੀ ਹੋਈ ਜਿਸ ਵਜ੍ਹਾ ਤੋਂ ਲੱਤ ਜਿਹੜੀ ਨਾ ਸਾਇੰਗ ਹੀ ਗਈ ਹੈਗੀ ਪਹਿਲੇ ਪੱਠੇ ਕਮਜ਼ੋਰ ਸੀਗੇ ਉੱਤੋਂ ਫਿਰ ਗਿਰੇ ਉਹਨਾਂ ਨੇ ਹੋਰ ਜ਼ਿਆਦਾ ਸਮਝ ਮਸਲਾ ਪਾ ਲਈ ਹੈ ਅਤੇ ਅੱਲਾ ਖੈਰ ਕਰੇਗਾ ਮੈਂ ਤਾਂ ਜਲਦੀ ਜਲਦੀ ਅੱਬੂ ਜਾਨ ਠੀਕ ਹੋ ਜਾਵਾਂ ਬਾਕੀ ਜਿਹੜੇ ਉਹ ਅੰਕਲ ਨੇ ਕੈਪਸੂਲ ਦੱਸੇ ਸੀ ਇੱਥੇ ਪਤਾ ਕਰ ਲਵਾਂਗੇ ਅਗਰ ਸਾਹੀਵਾਲ ਨੂੰ ਮਿਲ ਗਏ ਤਾਂ ਅੱਬੂ ਜਾਨ ਨੂੰ ਕਹਾਂਗਾ ਲਈ ਆਇਆ ਜੇ ਉਧਰ ਅੱਬੂ ਜਾਨ ਕਹਿ ਰਹੇ ਸੀਗੇ ਕਿ ਮੈਂ ਚਾਵਲ ਵਗੈਰਾ ਲੈ ਕੇ ਜਾਣਾ ਹੈਗਾ ਘਰ ਉਹਨਾਂ ਨੇ ਵੰਡਣੇ ਨੇ ਗਿਆ ਬੱਚਿਆਂ ਨੂੰ ਚਾਵਲ ਅਤੇ ਉੱਥੋਂ ਚਾਵਲ ਵਗੈਰਾ ਹੁਣ ਲੈ ਲੈਣਾ ਉਹਨਾਂ 'ਤੇ ਜਾ ਕੇ ਦੇ ਆਉਣਾ ਹੈਗੇ ਘਰ
ਇੱਥੋਂ ਬੁਝਾਉਣ ਦਾ ਇੱਕ ਦੋਸਤ ਜਾ ਰਿਹਾ ਸੀਗਾ ਉੱਧਰ ਸ਼ਹਿਰ ਨੂੰ ਹੀ, ਉਹਦੇ ਨਾਲ ਹੀ ਜਾਵਣ ਲੱਗੇ ਨੇਗੇ ਕਿਉਂਕਿ ਉੱਥੇ ਨਾ ਜਿਨ੍ਹਾਂ ਨੇ ਆਹ ਕਮੇਟੀ ਪਾਈ ਹੋਈ ਹੈ ਉਹ ਜਿਹੜਾ ਸਾਫ ਵਗੈਰਾ ਕਰਦਾ ਹੈਗਾ, ਵੈਸੇ ਤੁਹਾਨੂੰ ਜਿਹੜਾ ਵੱਡਾ ਭਾਈ ਹੈ ਮਲੇਸ਼ੀਆ ਗਿਆ ਹੋਇਆ, ਛੋਟਾ ਭਾਈ ਜਿਹਨੇ ਵੀ ਕਮੇਟੀ ਚਲਾਉਂਦਾ ਹੈਗਾ ਜਿਹੜਾ ਉਹ ਉੱਥੇ ਸਾਹੀਵਾਲ ਹੀ ਹੈਗਾ, ਉਹਦੇ ਨਾਲ ਮਿਲ ਕੇ ਫਿਰ ਜਾਵਣਗੇ ਐਕਸਰੇ ਵਗੈਰਾ ਜਿਹੜਾ ਇਲਾਜ ਕਰਵਾਉਣਾ ਉਹ ਕਰਵਾ ਲਵਾਂਗੇ। ਅਤੇ ਮੈਂ ਜਾਂ ਸਮਾਨ ਵਗੈਰਾ ਲੈ ਕੇ ਜਾਣ ਲੱਗਿਆ ਸੀ ਲੇਕਿਨ ਮੋਟਰਸਾਈਕਲ ਕੋਈ ਨਹੀਂ ਹੁਣ, ਅਗਰ ਇੱਥੇ ਕੋਈ ਆਉਂਦਾ ਇਹਨਾਂ ਤਾਂ ਫਿਰ ਸਮਾਨ ਲੈ ਲੈਣਾ, ਉਸੇ ਟਾਈਮ ਲੈ ਲਵਾਂਗਾ ਅਤੇ ਫਿਰ ਲੈ ਕੇ ਜਾਵਾਂਗਾ ਇਹਨਾਂ। ਸਬਜ਼ੀ ਤੋਲਿਆ ਸਬਜ਼ੀ ਤੋਲਿਆ ਮੈਨੇ ਦਿਲ ਨਾਲ ਪਿਆ ਚੰਗੀ ਚੰਗੀ ਬੋਲੀ ਚਿੱਟਾ ਸਰ ਦਾ ਵਾਲ ਹੋ ਗਏ ਤੇ ਆਕੇ ਨਹੀਂ ਮਿਲਿਆ ਮੈਨੂੰ ਨਿਖੜਿਆ ਸਾਲ ਚਾਵਲ ਵਗੈਰਾ ਲੈ ਕੇ ਮੈਂ ਰੱਖ ਲਏ ਸੀਗੇ ਆਹ ਪਏ ਹੋਏ ਨੇਗੇ ਅਤੇ ਦਾਦਾ ਦਾਦੀ ਜਾਣ ਜਾਊ ਸੀਗੇ ਘਰ ਇਹਨਾਂ ਨਾਲ ਮਿਲ ਕੇ ਚਲਾ ਜਾਂਦਾ, ਉਹਨਾਂ ਨੇ ਕੋਈ ਖਿਲੌਣਾ ਵਗੈਰਾ ਲੈਣਾ ਸੀ ਉਹ ਲੈ ਰਹੇ ਨੇਗੇ। ਇੱਥੇ ਪਿੰਡ 'ਚ ਮੈਂ ਆ ਗਿਆ ਗਾ, ਦਾਦਾ ਜਾਣ ਨੂੰ ਛੱਡ ਕੇ ਮੈਨੂੰ ਚਲੇ ਗਏ ਨੇਗੇ ਅਤੇ ਹੁਣ ਫਿਰ ਸਮਾਨ ਦਿੰਦਾ ਹੈਗਾ ਘਰ ਅਤੇ ਉੱਥੋਂ ਮੋਟਰਸਾਈਕਲ ਚੱਕ ਕੇ ਠੀਕ ਕਰਵਾਉਣਾ ਹੈਗਾ ਫਿਰ ਦੁਕਾਨ 'ਤੇ ਚੱਲਾਂਗਾ। ਅਤੇ ਅੰਮੀ ਜਾਣ ਜਿਹੜੀਆਂ ਨੇਗੀਆਂ ਪਹਿਲੇ ਸਾਗ ਪਕਾਉਣ ਨੂੰ ਲੱਗੀਆਂ, ਇਹ ਲਓ ਆਹ 2 ਕਿਲੋ ਚਾਵਲ ਅਤੇ ਘੀ ਵਗੈਰਾ। ਇਹ ਕੀ ਖੀਰ ਤਾਂ ਨਹੀਂ ਬਣਾਉਣੀ ਸੀ? ਚਲੋ ਠੀਕ ਹੈ, ਮੈਂ ਚਾਵਲ ਲੈਣ ਮੈਂ ਕਹਿੰਦੇ ਖੀਰ ਬਣਾ ਲੈ ਚਲੋ ਠੀਕ ਹੋ ਗਿਆ। ਚਲੋ ਠੀਕ ਹੋ ਗਿਆ, ਆਇਸ਼ਾ ਪਹਿਲੇ ਆਲੂ ਛਿਲ ਕੇ ਬੈਠੀ ਹੈਗੀ ਅਤੇ ਦੂਸਰਾ ਮੋਟਰਸਾਈਕਲ ਉਹ ਖੜ੍ਹਾ ਹੈਗਾ ਅਤੇ ਇਹਨੂੰ ਮੈਂ ਸੋਚ ਰਿਹਾ ਹੁਣ ਠੀਕ ਕਰਵਾ ਕੇ ਲੈ ਜਾਂ। ਅੰਮੀ ਜਾਣ ਹੁੰਦਾ ਤਾਂ ਪੈਂਚਰ ਵਗੈਰਾ ਲਵਾ ਵੀ ਫਿਰ ਉਹਨੇ ਹੋ ਜਾਣਾ ਕਿਉਂਕਿ ਟਾਇਰ ਕਾਫੀ ਸਾਰਾ ਫਟਿਆ ਹੋਇਆ। ਹਾਂ ਮੈਂ ਤਾਂ ਇਹੋ ਆਉਣਾ ਹੈਗਾ ਭਾਵੇਂ ਇਹਨੂੰ ਖੁਲਵਾ ਛੱਡੀਏ ਘਰ, ਜਦੋਂ ਇਹਦਾ ਟਾਇਰ ਪਵਾਇਆ ਉਹਦਾ ਹੀ ਫਿਰ ਇਹਨੂੰ ਚਲਾਵਾਂਗੇ। ਇਹਦਾ ਟਾਇਰ ਵੀ ਕਾਫੀ ਸਾਰਾ ਫਟਿਆ ਹੋਇਆ ਹੈਗਾ, ਇੱਕ ਮਿੰਟ ਤੁਹਾਨੂੰ ਦਿਖਾਉਣਾ ਹੈਗਾ ਮੈਂ। ਕਿੱਥੇ ਗਿਆ? ਆਹ ਵੇਖੋ ਕਿੰਨਾ ਫਟਿਆ ਹੋਇਆ ਹੈਗਾ, ਇੱਥੋਂ ਟਿਊਬ ਨੂੰ ਵੱਜਦੀ ਹੈਗੀ ਕੋਈ ਨਾ ਕੋਈ ਰੋੜੀ ਅਤੇ ਉਹਦੇ ਨਾਲ ਸਾਨੂੰ ਲੋਕੀ ਪੈਂਚਰ ਹੋ ਜਾਂਦਾ ਹੈਗਾ ਸੈਕ ਸਾਰਾ। ਪਹਿਲੇ ਥੋੜ੍ਹਾ ਜਿਹਾ ਸੀਗਾ, ਆਹਿਸਤਾ ਆਹਿਸਤਾ ਕੰਮ ਵੱਧਦਾ ਵੱਧਦਾ ਸਾਰਾ ਖਰਾਬ ਹੋ ਗਿਆ ਟਾਇਰ। ਅਤੇ ਹੁਣ ਜਦੋਂ ਇਹਨੂੰ ਪੈਂਚਰ ਲਵਾਉਂਦੇ ਹਾਂਗੇ ਅਤੇ ਸਮਝ ਲਓ ਕਿ ਥੱਲੋਂ ਰੋੜੀ ਵਗੈਰਾ ਲੱਗਦੀ ਉਹਦੇ ਨਾਲ ਫਿਰ ਉਵੇਂ ਹੀ ਹੋ ਜਾਂਦਾ ਹੈਗਾ ਪੈਂਚਰ। ਅਤੇ ਮੈਂ ਉਹ ਸੋਚਣਾ ਹੈਗਾ ਇਹਦਾ ਟਾਇਰ ਹੀ ਪਵਾਵਾਂਗੇ ਜਦੋਂ ਹੀ ਪਵਾਇਆ। ਇਹ ਕਰੇ ਤਾਂ ਦੁਕਾਨ ਦੇ ਹਾਲਾਤ ਉਹ ਅੱਜ ਚੱਲ ਰਹੇ ਨੇ ਜੇ ਥੋੜ੍ਹੇ ਉੱਧਰ ਦੁਕਾਨ ਵਾਲ ਹਾਲਾਤ ਠੀਕ ਹੁੰਦੇ ਨੇ ਨਾ ਅਤੇ ਫਿਰ ਇਹਦੇ ਟਾਇਰ ਹੀ ਪਵਾ ਲਵਾਂਗੇ। ਜਾਂ ਮੈਂ ਜਾਣਾ ਇਹਦਾ ਨਾ ਕਢਵਾ ਕੇ ਉਹਨੂੰ ਪਵਾਈਏ। ਇਹਦਾ ਕੀ ਉਹਦਾ ਪਵਾਵਾਂਗੇ, ਚਲੋ ਇਸ ਮਹੀਨੇ ਸੈਲਰੀ ਆ ਜਾਂਦੀ ਸੈਲਰੀ ਨਾਲ ਪਵਾ ਲਵਾਂਗੇ। ਹਾਂ ਕੋਈ ਬਾਤ ਨਹੀਂ। ਅਤੇ ਹੁਣ ਜੀ ਫਿਰ ਲੈ ਚੱਲਣਾ ਹੈਗਾ ਮੋਟਰਸਾਈਕਲ ਨੂੰ। ਇੱਕ ਤਾਂ ਰਿੜਨਾ ਕੋਈ ਨਹੀਂ ਹੈਗਾ, ਮੈਨੂੰ ਲੱਗਦਾ ਫਸਿਆ ਹੋਇਆ ਨਾ ਚੈਨ। ਮੈਂ ਜਾਣ ਦਾ ਪੈਟਰੋਲ ਹੀ ਲੀਕ ਹੋਇਆ ਪਿਆ, ਆਰਾ ਲੀਕ ਹੋਇਆ ਪਿਆ। ਵੇਖੋ ਨਾਲੀ 'ਚ ਕੋਈ ਨਹੀਂ। ਚਲੋ ਐਵੇਂ ਕਰ ਲੈਣਾ, ਉਹਦਾ ਹੀ ਜਾ ਕੇ ਫਿਰ ਪੈਂਚਰ ਲਵਾ ਲੈਣਾ ਹੈਗਾ। ਇਹ ਵੀ ਉਹ ਨਾ ਹੋਵੇ ਉਹ ਵੀ ਪੈਂਚਰ ਹੋ ਜਾਵੇ ਫਿਰ ਜਾਂਦੇ ਹਾਂ। ਮੇਰਾ ਤਾਂ ਦਿਲ ਕੋਈ ਨਹੀਂ ਆ ਮੈਂ ਯਾਰ, ਲੇਕਿਨ ਇਹ ਹੈ ਵੀ ਉਹ ਰਿੜ ਕੇ ਵੀ ਕੋਈ ਨਹੀਂ ਜਾਣਾ।
ਉਦੋਂ ਉਹਦਾ ਪੈਟਰੋਲ ਹੀ ਖਤਮ ਹੋਇਆ, ਪੈਂਦੇ ਪੈਟਰੋਲ ਆਉਣਾ ਹੈਗਾ ਕੋਈ ਅੱਧਾ ਕੁ ਲੀਟਰ। ਅਤੇ ਇੱਥੇ ਲੈ ਕੇ ਆ ਗਿਆ ਬਾਈ, ਉੱਧਰ ਗਏ ਸੀ ਬੁਲਾਇਆ ਇਹਨਾਂ ਨੂੰ, ਇਹਨੂੰ ਖੋਲ੍ਹ ਕੇ ਚੈੱਕ ਕਰੋ ਖਾ ਟੂਪ ਦੀ ਕੀ ਹਾਲਤ ਹੈ। ਟੂਪ ਤਾਂ ਨਿਕਲ ਗਈ ਹੈਗੀ ਲੇਕਿਨ ਸਾਰੀ ਨਿਕਲ ਗਈ ਹੈ ਟੂਟੀ ਜਿਹੜੀ ਹੈਗੀ। ਹਾਂ ਟੂਟੀ ਨਹੀਂ ਪਾਇਆ ਸੀ, ਪੈਂਚਰ ਇਹਨੂੰ ਸਾਰੇ ਲੱਗੇ ਹੋਏ ਨੇ, ਤਰਾਏ ਦੋ ਪੰਜ ਛੇ ਉੱਤੋਂ ਵੇਖਣ ਨਵੀਂ ਲੱਗ ਰਹੀ ਲੱਗਣੀ ਪਈ। ਚੱਲ ਨਹੀਂ ਕਰ ਕੋਈ ਪੁਰਾਣੀ ਪਈ ਤਾਂ ਉਹ ਪਾ ਦੇ, ਵੇਖ ਕੋ ਕੰਮ ਦੇਣ ਵਾਲੀ ਸ਼ਹਿਰ 'ਤੇ ਜਾਣਾ ਹੈਗਾ ਉੱਥੋਂ ਵਾਪਸ ਆਉਣਾ ਹੈ, ਉਹ ਦੋ ਤਿੰਨ ਦਿਨ ਬਸ ਕੰਮ ਦਿੱਤੀ ਰੱਖੇ। ਇਹ ਵੀ ਦੋ ਤਿੰਨ ਦਿਨਾਂ ਤੱਕ ਨਾ ਤਨਖਾਹ ਆ ਜਾਵੇ, ਫਿਰ ਤਨਖਾਹ ਆ ਜਾਵੇ ਨਵਾਂ ਦਾ ਟਾਇਰ ਟੂ ਪਵਾ ਲਵਾਂ। ਬਾਈ ਹੋਰਾਂ ਨੇ ਕਾਫੀ ਲੱਭਿਆ ਢੂੰਡਿਆ ਹੈਗਾ ਲੇਕਿਨ ਸਮਝ ਲਓ ਕਿ ਟੂਪ ਤਾਂ ਹੋਰ ਨਹੀਂ ਲੱਭੀ, ਇਹਨੂੰ ਥੋੜ੍ਹਾ ਜਿਹਾ ਕਾਮਯਾਬ ਕਰਨ ਲੱਗੇ ਨੇ। ਨਵੀਂ ਟੂਪ ਤਾਂ ਮਹਿੰਗੀਆਂ ਨਹੀਂ ਹੈ, ਉਹ ਰਿਪੇਅਰ ਹੋ ਜਾਵੇ, ਇਹਦੀ ਟੂਟੀ ਜਿਹੜੀ ਹੈਗੀ ਨਵੀਂ ਪਾ ਦਿੰਦੇ। ਉਹ ਪਹਿਲਾਂ ਵਾਲੀ ਕਸੀ ਨਹੀਂ ਵਿੱਚ, ਪਹਿਲਾਂ ਵਾਲੀ ਕਸੀ ਸੀ ਹੋਰ ਨਵੀਂ। ਚਲੋ ਠੀਕ ਹੈ, ਇੱਕ ਪੈਂਚਰ ਹੈਗਾ ਇਹਨੂੰ ਅਤੇ ਇਹ ਟੂਟੀ ਲੱਗਣੀ ਹੈਗੀ, ਵੈਸੇ ਪੈਂਚਰ ਤਾਂ ਕਾਫੀ ਪਹਿਲੇ ਲੱਗਿਆ। ਸੁਬਹਾ ਜਾਣਾ ਸ਼ਾਮ ਨੂੰ ਆਉਣਾ ਹੈਗਾ ਉੱਧਰੋਂ, ਇਹ ਹੀ ਹੈਗਾ ਆਵਣ ਜਾਵਣ ਹੀ ਆਉਣਾ। ਟੂਟੀ ਤਾਂ ਲੱਗ ਗਈ ਹੈਗੀ ਅਤੇ ਪੈਂਚਰ ਵੀ ਇਹਨੂੰ ਨਾ ਕਿਧਰੇ ਦੋ ਤਿੰਨ ਹੈਗੇ, ਇੱਕ ਤਾਂ ਪਹਿਲਾਂ ਮੈਂ ਉਹਦੇ ਕਿਧਰੇ ਵੇਖਿਆ ਸੀ, ਇੱਕ ਹਾਲ ਆਇਆ ਤਾ ਜਿਹਦੇ 'ਚ ਆਉਣ ਇਹਨਾਂ ਨੇ ਥੀਲੀ ਟੰਗੀ ਆ। ਵੈਸੇ ਆਹ ਤਾਂ ਨਹੀਂ ਲੀਕ ਹੋਣਾ, ਨਹੀਂ ਬੱਲੇ ਬੱਲੇ ਹੋ ਗਈ, ਠੀਕ ਹੋ ਗਿਆ। ਇਹਨਾਂ ਨੂੰ ਚੈੱਕ ਕਰੋ ਨਾ ਇਹ ਵੀ ਨਾ ਲੀਕ ਹੋ, ਕੋਈ ਨਹੀਂ ਟੂਪ ਨਵੀਂ ਆ ਜਾਣੀ। ਚਲੋ ਕੋਈ ਬਾਤ ਨੀ, ਇਹ ਵੀ ਤਕਰੀਬਨ 100 ਤੇ 180 ਰੁਪਈਆ ਸਰ ਗਿਆ ਹੈਗਾ, ਇਹ ਉਹ ਟੂਪ ਠੀਕ ਹੋ ਗਈ। ਅਤੇ ਜਿਹੜੀ ਪਹਿਲੇ ਵਾਲੀ ਟੂਟੀ ਆਏਗੀ ਉਹਦੀ ਜਗ੍ਹਾ 'ਤੇ ਆ ਪੈਂਚਰ ਲੱਗ ਗਿਆ ਪੱਕਾ, ਇਹ ਨਹੀਂ ਉਹਨਾਂ ਦਾ ਠੀਕ ਹੋ ਗਿਆ ਸੰਦਰ, ਤਿੰਨ ਹੋ ਗਏ। ਅੱਛਾ ਪਹਿਲੇ ਵਾਲਾ ਦੋ ਪੈਂਚਰ ਨੇ ਗੇ ਅਤੇ ਇੱਕ ਟੂਟੀ, ਕੋਈ ਨਹੀਂ ਜ਼ਿਆਦਾ 180 ਰੁਪਏ ਖਰਾ ਛੋਟੇ ਨੇ ਗੇ, ਮੇਰੇ ਕੋਲ ਸੀ ਕਿਤੇ 150 ਰੁਪਈਆ। ਚਲੋ ਕੋਈ ਬਾਤ ਨਹੀਂ, ਦੁਕਾਨ 'ਤੇ ਜਿਵੇਂ ਆ ਗਿਆ ਗਿਆ ਅਤੇ ਆਉਂਦੇ ਲਾ ਮੰਮੂ ਜਾਣ ਕਹਿ ਰਹੇ ਨੇ ਕਿ ਤੇਰਾ ਅੰਦਰ ਖਾਣਾ ਪਿਆ ਹੈਗਾ, ਖਾਣਾ ਖਾ ਲਾ, ਇਹਨਾਂ ਨੂੰ ਪੁੱਛੋ ਅੱਜ ਇਕੱਲੇ ਨਹੀਂ ਖਾਂਦਾ। ਸਾਰੀ ਕੀ ਚੀਜ਼ ਆ, ਆਲੂਆਂ ਦਾ ਹੀ ਖਾ ਲੈਣਾ ਹੈਗਾ, ਚਲੋ ਖਾ ਲੈਣਾ ਜੀ। ਸਾਰਾ ਦਿਨ ਬਸ ਵਿਹਲੇ ਖੋਤੇ ਆਗੇ, ਕੋਈ ਗਾਹਕ ਵਗੈਰਾ ਮੈਂ ਸਮਝਿਆ ਸੀ ਅੱਜ ਹਫ਼ਤੇ ਦਾ ਦਿਨ ਹੈਗਾ ਅਤੇ ਗਾਹਕ ਵਗੈਰਾ ਬਹੁਤ ਜ਼ਿਆਦਾ ਹੋਣਗੇ, ਵੈਸੇ ਹੈਗੇ ਸਹੀ ਲੇਕਿਨ ਪਤਾ ਨਹੀਂ ਸਬਜ਼ੀ ਵਗੈਰਾ ਘੱਟ ਪਈ ਇਸ ਵਜ੍ਹਾ ਤੋਂ, ਨਹੀਂ ਹੈਗੇ ਕਿ ਭਾਈ ਕੀ ਵਜ੍ਹਾ ਹੈਗੀ। ਦੁਕਾਨ ਹੀ ਬਿਲਕੁਲ ਸਾਫ਼ ਸੁਥਰੀ ਜੋੜ ਕੇ ਇੰਨੀ ਪਿਆਰੀ ਲਾਈ, ਉਵੇਂ ਹੀ ਸੁਬਾਹ ਲਾ ਦੀ ਪਈ ਹੈਗੀ, ਹੱਥੋਂ ਅਸੀਂ ਤਾਂ ਉਹਨਾਂ ਫੁੱਲ ਹੀ ਲਈ ਬੈਠੇ ਹਾਂ। ਇਹ ਹੁਣ ਲੈ ਕੇ ਆਏ ਨੇਗੇ ਅਤੇ ਇਹਨਾਂ ਨੂੰ ਦਿੱਤਾ ਹੈਗਾ 100 ਰੁਪਈਆ ਵਿੱਚੋਂ, ਦੇਖੋ ਮਾਸ਼ਾਅੱਲਾ। ਕਹਿੰਦਾ ਤਾਂ ਪਤਾ ਨਹੀਂ ਲੇਕਿਨ ਵਲੌਗ ਜਿਹੜਾ ਹੈਗਾ ਤਾਂ ਖਤਮ ਕਰਕੇ ਜਲਦੀ ਜਲਦੀ ਅਪਲੋਡ ਕਰ ਲੈਂਦੇ ਹਾਂ ਨਾ, ਅਤੇ ਉਧਰੋਂ ਮੇਰੇ ਕਿਸੇ ਭੈਣ ਭਾਈ ਨੂੰ ਕੋਈ ਯੂਟਿਊਬ ਦੇ ਰਿਲੇਟਡ ਸਪੋਰਟ ਵਗੈਰਾ ਜ਼ਰੂਰਤ ਹੋਵੇ ਜਾਂ ਵੈਸੇ
किसी ने मशवरा लेना हो यूट्यूब चैनल बनाने का तो मैं तुम्हें फ्री मशवरा ही देंगा, फ्री सपोर्ट हैगी, मेरा रबता कर लो, तो मेरा कॉन्टैक्ट नंबर ही है, जब सा ब्लॉग आता है कदम अच्छा लगे साढ़े चैनल सबसक्राइब कर दे, वीडियो लाइक कर दे, दोस्तों शेयर कर दे जी। अल्लाह हाफिज़।